ਜੀ ਕਦੋਂ ਹੋਇਆ ਸੀ ਤੁਹਾਡਾ ਮਿਨੀ ਗੈਸਟ੍ਰਿਕ ਬਾਈਪਾਸ? 3 ਜੁਲਾਈ। ਅੱਛਾ ਜੀ, 3.5 ਮਹੀਨੇ ਹੋ ਗਏ ਨਾ। ਹਾਂਜੀ। ਤੇ ਕਿੰਨਾ ਭਾਰ ਸੀ ਤੁਹਾਡਾ ਆਪਰੇਸ਼ਨ ਤੋਂ ਪਹਿਲਾਂ? 97.800 ਗ੍ਰਾਮ। ਅੱਛਾ, ਤੇ ਅੱਜ ਕਿੰਨਾ? 78। 20 ਕਿਲੋ ਭਾਰ ਘੱਟ ਗਿਆ ਤੁਹਾਡਾ। ਤੇ ਹੋਰ ਕੀ ਦਿੱਕਤ ਸੀਗੀ ਤੁਹਾਨੂੰ ਆਪਰੇਸ਼ਨ ਤੋਂ ਪਹਿਲਾਂ? ਬਲੱਡ ਪ੍ਰੈਸ਼ਰ ਹਾਈ, ਸਾਹ ਦੀ ਪ੍ਰੋਬਲਮ ਸੀ। ਅੱਛਾ, ਘਰਾੜੇ ਵੱਜਦੇ ਸੀ ਰਾਤ ਨੂੰ? ਹਾਂ, ਉਹ ਵੀ ਹੈਗੀ ਸੀ। ਤੇ ਉਹ ਓਪਰੇਸ਼ਨ ਤੋਂ ਬਾਅਦ ਕਿਵੇਂ ਆ ਸਾਰੀਆਂ ਦਿੱਕਤਾਂ? ਇਹ ਹੁਣ ਸਭ ਨੋਰਮਲ ਆ, ਠੀਕ ਹੈ। ਅੱਛਾ, ਘਰਾੜੇ ਨਹੀਂ ਵੱਜਦੇ ਹੁਣ? ਨਹੀਂ। ਠੀਕ ਹੈ, ਅਤੇ BP ਵੀ ਠੀਕ ਰਹਿੰਦਾ? BP ਵੀ ਠੀਕ ਹੈ, ਕਦੀ ਕਦਾਈ ਹੋ ਜਾਂਦਾ, ਨਹੀਂ ਨਹੀਂ ਵੈਸੇ। ਅੱਛਾ ਜੀ, ਠੀਕ ਹੈ। ਅਤੇ ਹੋਰ ਕੋਈ ਦਿੱਕਤ ਤਾਂ ਨਹੀਂ ਹੋਈ ਓਪਰੇਸ਼ਨ ਤੋਂ ਬਾਅਦ? ਨਹੀਂ, ਹੋਰ ਤਾਂ ਕੋਈ ਨਹੀਂ। ਲਿਕੁਇਡ ਲੈਣਾ ਕਦੋਂ ਸਟਾਰਟ ਕਰਦੇ ਸੀ ਤੁਸੀਂ ਓਪਰੇਸ਼ਨ ਤੋਂ ਬਾਅਦ? ਦੂਜੇ ਦਿਨ। ਠੀਕ ਹੈ, ਉਹਦੇ ਨਾਲ ਕੋਈ ਦਿੱਕਤ ਤਾਂ ਨਹੀਂ ਹੋਈ ਸੀ? ਨਹੀਂ। ਉਲਟੀ ਵਗੈਰਾ ਤਾਂ ਨਹੀਂ ਆਉਂਦੀ? ਪਹਿਲੇ ਨਹੀਂ ਸੀ ਹੁੰਦੇ, ਜੇ ਹੁਣ ਕਦੀ ਜ਼ਿਆਦਾ ਜ਼ਬਰਦਸਤੀ ਕਰਦੇ ਤਾਂ ਆਉਂਦੀ ਨਹੀਂ। ਅੱਛਾ, ਉਹਨੂੰ ਤੁਸੀਂ ਹੌਲੀ ਹੌਲੀ ਖਾਣਾ, ਕਿਉਂਕਿ ਅੰਦਰੋਂ ਮੈਦਾ ਟਾਈਟ ਹੈ ਪਹਿਲਾਂ। ਠੀਕ ਹੈ, ਤੁਸੀਂ ਢਿੱਡ ਭਰ ਗਿਆ ਉੱਥੇ ਖਾਣਾ ਬੰਦ ਕਰ ਦੇਣਾ, ਜਿਹਦੀ ਭੁੱਖ ਉਹ ਨਹੀਂ ਖਾਣਾ। ਠੀਕ ਹੈ ਜੀ, ਅਤੇ ਆਪਣੇ ਮਲਟੀਵਿਟਾਮਿਨ ਲੈ ਰਹੇ ਹੋ ਰੈਗੂਲਰਲੀ? ਹਾਂਜੀ। ਤੁਸੀਂ ਰੈਗੂਲਰਲੀ ਲੈਂਦੇ ਰਹਿਣਾ ਅਤੇ ਆਪਣੇ ਬਲੱਡ ਦੇ ਟੈਸਟ ਵੀ ਰੈਗੂਲਰਲੀ ਕਰਾਉਂਦੇ ਰਹਿਣਾ। ਠੀਕ ਹੈ, ਅਤੇ